ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵੈਲਕਮ ਟੂ ਮਾਈ ਨਿਊ ਵਲੌਗ। ਅੱਜ ਹੁਣ ਆਪਣੇ ਕਮਰੇ ਦੀ ਸਫਾਈ ਹੋਊਗੀ, ਸਾਰਾ ਕੁਛ ਬਾਹਰ ਕੱਢਤਾ, ਕੱਢੀ ਜਾਂਦੇ ਨੇ ਸਾਡੇ ਬੈਗ ਵੀ ਬਾਹਰ ਕੱਢਤੇ, ਇੱਧਰ ਖੇਸ ਖੂਸ ਕੱਢਤੇ, ਇੱਧਰ ਡੈਡੀ ਪਰਨਾ ਬਣਦੇ ਪਏ, ਅੰਦਰ ਜਾ ਕੇ ਹੋਈ ਜਾਂਦਾ ਸਾਰਾ ਸਮਾਨ ਬਾਹਰ। ਬੈਡ ਤਾਂ ਨਹੀਂ ਕੱਢਦੇ ਨਾ ਬਾਹਰ? ਅੱਛਾ, ਫਿਰ ਉਹਨੂੰ ਵੀ ਧੋ ਦੋਗੇ ਸਾਰਾ? ਉਹਨੂੰ ਵੀ ਧੋ ਦੋਗੇ? ਚਲੋ, ਅੱਜ ਫਿਰ ਸਾਰਾ ਦਿਨ ਕੰਮ ਹੀ ਕੰਮ ਹੋਊਗਾ। ਹੁਣ ਬੈਡ 'ਚ ਸਮਾਨ ਨਿਕਲਣ ਲੱਗ ਗਿਆ, ਇਸ ਖਾਨ 'ਚ ਨਿਕਲ ਗਿਆ, ਹੁਣ ਉਹਦੇ 'ਚ ਲੱਗਦਾ ਪਿਆ, ਸਾਰਾ ਬਾਹਰ ਵੀ ਚਲਾ ਗਿਆ। ਆਪਾਂ ਹੁਣ ਸਾਰਾ ਕੱਢਾਂ ਗਏ ਰਜਾਈਆਂ, ਕੱਪੜੇ ਕੁਪੜੇ। ਸਰਦੀਆਂ ਨੇ ਨਾ, ਇਹ ਸਰਦੀਆਂ ਤੇ ਨਾ, ਦੇਖੋ ਕੀ ਹਾਂਜੀ, ਮੰਮੀ ਨੇ ਮੈਨੂੰ ਚੈਲੇਂਜ ਦਿੱਤਾ ਹੈ, ਅੱਜ ਪੂਰਾ ਦਿਨ ਆਪਣੀ ਟੋਪੀ ਪਾ ਕੇ ਰੱਖਣੀ ਹੈ। ਓਏ ਮੰਮੀ, ਕੀ ਦਿੱਤਾ? ਆਏ ਬੈਗਨ ਦੱਸੋ, ਤੇਰੇ ਦਿਮਾਗ 'ਚ ਨਾ ਭੂਸਾ ਬੜਾ ਭਰਾ ਪਿਆ ਹੈਗਾ। ਭੂਸਾ? ਗਰਮੀ ਨਾਲ ਨਿਕਲ ਜਾਵੇ ਤੇ ਚੰਗੀ ਗੱਲ ਦੀ। ਆ ਗਰਮੀ ਆ, ਮੈਨੇ ਅੱਧਾ ਪਸੰਦ ਆਈ ਸੀਗੀ ਇੱਕ ਵਾਰੀ ਜੀ, ਮੈਂ ਆਪਣਾ ਚੈਲੇਂਜ ਛੱਡਤਾ, ਇੰਨੀ ਗਰਮੀ ਲੱਗਦੀ ਪਈ ਸੀ ਨਾ, ਕੰਨਾਂ ਨੂੰ ਚੁਭਦੀ ਪਈ ਸੀ, ਨਾਲੇ ਇੰਨੀ ਠੰਡਾ 'ਚ ਕੰਮ ਆਉਂਦੀ ਆ ਉਹ ਤਾਂ। ਪੂਰਾ ਬੈਡ ਖਾਲੀ ਹੋ ਗਿਆ, ਇਹ ਸਾਰਾ ਕੁਛ ਮੈਂ ਕੀਤਾ ਹੈਨਾ ਮੰਮੀ? ਮੰਮੀ ਦਾ ਚਾਰ ਐਡੋ ਕੀ ਹੈ, ਪਤਾ ਨਹੀਂ ਕੀ ਹੋਇਆ, ਪੀ ਆਈ ਇਸਕੋ ਕੋਲੀ, ਦੇਖੋ ਕਿੱਥੇ ਪਈ ਹੈ, ਤੁਹਾਨੂੰ ਵਿੱਚ ਬੜਾ ਕੇ ਦਿਖਾਉਂਦੀ ਆ। ਦੇਖੋ ਕੋਲੀ, ਪਤਾ ਨਹੀਂ ਕਿੰਨੇ ਰੱਖਤੀ ਹੈ, ਮੈਂ ਕਿ ਵੜ ਜਾਂਦੀ ਹਾਂ, ਵਿੱਚ ਧੂਲ ਘੱਟਾ ਲੱਗ ਜੂਗਾ। 2 ਰੁਪਏ ਵੀ ਪਿਆ, ਪਤਾ ਨਹੀਂ ਇੱਕ ਦੋ ਹੈ, ਕੱਢਾਂ ਮੈਂ। ਅਜਾ ਅਜਾ ਅਜਾ, ਆ ਲਿਓ, ਆ ਕੀ ਹੈ, 2 ਰੁਪਇਆ ਵਾਓ। ਇੱਕ ਹੋਰ ਚੀਜ਼ ਪਈ ਸੀ ਇੱਥੇ, ਪੈੱਨ, ਉਹ ਦੇਖੋ ਮੈਂ ਕੱਢਣ ਨਹੀਂ ਜਾਣੀ, ਗੰਦਾ ਹੋਇਆ ਪਿਆ ਜ਼ਿਆਦਾ ਹੀ। ਆਹ ਦੇਖੋ, ਇੱਥੇ 2 ਗੁਲਕਾਂ ਪਈਆਂ ਨੇ, ਗੁਲਕਾਂ ਇੱਕ ਮੰਮੀ ਦੀ ਹੈ, ਇੱਕ ਹਰਮਨ ਦੀ ਹੈ। ਇੰਝ ਮੇਰੀ ਵੀ ਸੀ, ਮੈਂ ਮੰਮੀ ਨੇ ਤੋੜ ਤੋੜ ਦਿੱਤੀ, ਉਹ 'ਚ ਨਿਕਲਿਆ ਸੀਗਾ 14,000 ਨਿਕਲਿਆ ਸੀ ਉਹਦੇ 'ਚੋਂ। ਆਪਣੀ ਸਟੇਸ਼ਨਰੀ ਲੈ ਕੇ ਆਈ ਸੀ, ਅਤੇ ਹਰਮਨ ਦੇ ਵੱਡੇ ਵਾਸਤੇ ਗਿਫਟ ਵੀ ਲੈ ਕੇ ਆਈ ਸੀ, 2 ਸੂਟ, ਸੂਟ ਨਹੀਂ ਮਤਲਬ ਪੈਂਟ ਕੋਟ। ਹੁਣ ਇੱਥੇ ਸਾਰਾ ਸਮਾਨ ਪਿਆ ਏ, ਮੰਮੀ ਅੰਦਰ ਕੰਮ ਕਰਦੇ ਪਏ ਨੇ, ਝਾੜੂ ਲਾਈ, ਬੰਦ ਕੁਛ ਨਿਕਲਿਆ। ਆ ਗਈ ਮੰਮੀ, ਮੰਮੀ ਜੋ ਇੱਥੇ ਰੋਟੀਆਂ ਬਣਾਉਂਦੇ ਪਏ ਨੇ, ਦਾਲ ਦੀਆਂ ਰੋਟੀਆਂ ਅਤੇ ਦਹੀਂ, ਦਹੀਂ ਤਾਂ ਨਹੀਂ ਜਿਹੜੀ ਅਸੀਂ ਖਤਮ ਕਰਤੀ, ਪਰ ਥੋੜ੍ਹੀ ਜਿਹੀ ਪਈ ਹੈ ਜੀ ਮੰਮੀ ਡੈਡੀ ਵਾਸਤੇ। ਸਵੇਰੇ ਮੈਂ ਕੋਲਾ ਪਰ ਕੇ ਖਾ ਲਈ ਸੀ, ਤੁਹਾਨੂੰ ਦਾਲ ਦੀ ਰੋਟੀ ਪਸੰਦ ਨੇ, ਮੰਮੀ ਨੇ ਤਾਂ ਅੱਜ ਬੋਲਦਾ ਸੀ ਮੈਂ ਨਹੀਂ ਬਣਾਉਂਦੀ, ਇਹਨੇ ਮੈਨੂੰ ਧੱਕਾ ਟੱਕਾ ਕੇ ਮੰਮੀ ਨੇ ਫਿਰ ਬਣਾਈਆਂ ਨੇ, ਮੈਂ ਬਣਾਈ ਨਹੀਂ, ਕਸ਼ ਨਹੀਂ ਕਸ਼ ਨਹੀਂ ਪਾਏ, ਹੁਣ ਮੈਂ ਦੇਖਾ ਲੈਂਦੀ। ਹਾਂ, ਤੇਰੀਆਂ ਸਫਾਈਆਂ ਕਿਸ ਦਿਨ ਪੂਰੀਆਂ ਹੋਣਗੀਆਂ? ਹੈਲੋ, ਅੱਜ ਨਿਬੜ ਜਾਏਗਾ ਕੰਮ? ਨਹੀਂ, ਬਾਹਰ ਤਾਂ ਮੈਂ ਵੇਖਿਆ ਗੱਲਾਂ ਪਿਆ, ਠੀਕ ਹੈ, ਮੈਂ ਬੱਲੇ ਬੱਲੇ ਛਾਵਾ ਛਾਵਾ ਕਰੀ ਤੇ ਜਾਣਾ ਹੈ, ਬਾਕੀ ਸਾਰੇ ਕੰਮਾਂ ਵਗੈਰਾ ਸਰ ਜਾਏਗਾ।
ਠੀਕ ਹੈ ਤੇਰੀਆਂ ਸਫਾਈਆਂ ਵਗੈਰਾ ਠੀਕ ਹੈ ਮੈਂ ਜਾਣਾ ਦਾੜੀ ਕਰਾਇਆ ਵਾ ਮੈਂ ਠੀਕ ਹੈ ਠੀਕ ਹੈ ਮੈਂ ਦਾੜੀ ਕਰਾਇਆ ਵਾ ਕਿਉਂ ਨਹੀਂ ਜਾਣਾ ਤੂੰ ਚੁੰਨੀ ਕੋ ਨਹੀਂ ਕਰ ਰੱਖੀ ਮੇਰੇ ਕੰਮ ਦੀ ਜੀ ਫਿਰ ਮੈਂ ਮਤਲਬ ਇਹਦੇ ਚ ਹੈ ਨੀ ਕੀ ਨੀ ਹੈਗਾ ਦੇਖੋ ਸਾਰਾ ਇਹ ਸਮਾਨ ਲੈਣ ਬਰਸਾਤ ਆ ਗਈ ਉੱਥੇ ਫਸ ਗਿਆ ਉੱਥੇ ਫਸ ਕੇ ਖੜਿਆ ਹੋਣਾ ਬਰਸਾਤ ਖੁੱਲ ਕੇ ਜਾ ਜਾਣਾ ਇੱਥੇ ਬਹਿ ਕੇ ਹੁਣ ਮੇਰੇ ਹੱਥ ਦੀ ਚਾਏ ਪੀਤੀ ਜਾ ਰਹੀ ਹੈ ਜਿਹੜੀ ਕਿ ਬਹੁਤ ਵਧੀਆ ਬਣੀ ਹੈ ਚਾਏ ਜੀ ਨਹੀਂ ਬਹੁਤ ਵਧੀਆ ਬਣੀ ਹੈ ਅੱਜ ਨਾਲੇ ਪ੍ਰੋਫਿਟ ਹੋ ਗਿਆ ਸਾਡਾ ਫਿਰ ਬਹੁਤ ਜ਼ਿਆਦਾ ਇੰਨਾ ਤੇਜ਼ ਮੀਂਹ ਆ ਗਿਆ ਸੀ ਨਾ ਮੈਂ ਉਹਦੇ ਵਿੱਚ ਨਾਤੀ ਸੀ ਤੁਸੀਂ ਪਿੱਛੇ ਵਾਲੀ ਕਦਰ ਇਗਨੋਰ ਕਰਿਓ ਉਹ ਦੇਖੋ ਕੀ ਹੋਇਆ ਪਿਆ ਸਾਰਾ ਇੱਧਰ ਅਸੀਂ ਨਹੀਂ ਇੱਧਰ ਅਸੀਂ ਹੱਥ ਮਾਰ ਮਾਰ ਪੈਰ ਮਾਰ ਮਾਰ ਕੇ ਸਾਡੀ ਕਾਲੀ ਕਰਤੀ ਸੀ ਜਿਹੜੀ ਮੰਮੀ ਚਿੱਟੀ ਨਿਕਲ ਗਿਆ ਨਾ ਮੰਮੀ ਹਾਂ ਤੂੰ ਕਾਲੀ ਕੀਤੀ ਸੀ ਸਾਫ ਵੀ ਤੂੰ ਹੀ ਕਰੇਂਗਾ ਹਨਾ ਮੰਮੀ ਉਹ ਦਿਨ ਕਮੈਂਟ ਆਉਂਦੇ ਰਹਿੰਦੇ ਜਦੋਂ ਅਸੀਂ ਪਾਣੀ ਡੋਲਦੇ ਸੀ ਨਾ ਅੱਜ ਅਸੀਂ ਨਹੀਂ ਡੋਲਿਆ ਅੱਜ ਰੱਬ ਨੇ ਸਾਰਾ ਪਾਣੀ ਡੋਲਤਾ ਦੇਖੋ ਇੱਥੇ ਵੀ ਹੁਣ ਤਾਂ ਸੂਰਜ ਨਿਕਲ ਆਇਆ ਕਿੱਥੇ ਸੂਰਜ ਨਿਕਲ ਆਇਆ ਇੱਥੇ ਗਿੱਲਾ ਹੋ ਗਿਆ ਦੇਖੋ ਕੀ ਹੋਇਆ ਪਿਆ ਇੱਥੇ ਅੱਗੇ ਵੀ ਕਬਾੜ ਹੈ ਵਾਧੂ ਜੀ ਇੱਥੇ ਹੁਣ ਸਾਰਾ ਅਸੀਂ ਪਰਸ ਧੋਤਾ ਫਿਰ ਇੱਥੇ ਦੁਬਾਰਾ ਮਿੱਟੀ ਆ ਜੂਗੀ ਸਾਰੀ ਇੱਥੇ ਵੀ ਧੋਤਾ ਅਸੀਂ ਇੱਥੇ ਹੁਣ ਸਾਰੇ ਰੱਖੇ ਪਏ ਨੇ ਕੰਬਲ ਅਤੇ ਕੱਪੜੇ ਅਲਮਾਰੀ ਰੱਖਤੀ ਇੱਥੇ ਬੈੱਡ ਨੂੰ ਇੱਧਰ ਉੱਧਰ ਕਰਕੇ ਰੱਖ ਤੁਹਾਨੂੰ ਦਿਖਾਇਆ ਸੀ ਕਿੰਨਾ ਗੰਦ ਨਿਕਲਿਆ ਸੀਗਾ ਜੀ ਹੁਣ ਮੰਮੀ ਜੀ ਤਾਂ ਕੱਪੜੇ ਰੱਖ ਚੁੱਕੇ ਨੇ ਹਜੇ ਤੱਕ ਤਾਂ ਸਾਰੇ ਇਹਦੇ ਛਪਾਤੇ ਇਹਦੇ ਛਪਰਤੇ ਹੁਣ ਹਜੇ ਇੰਨਾ ਸਮਾਨ ਪਿਆ ਬਾਹਰ ਵੀ ਪਿਆ ਹਰਮਨ ਇਹ ਬਾਹਰ ਜਾ ਕੇ ਹੁਣ ਠੀਕ ਹੈ ਹੁਣ ਬਾਬੇ ਕੋਲ ਥੋੜ੍ਹਾ ਪਵਾ ਕੇ ਲੈ ਕੇ ਆਏ ਸੀ ਆਹ ਦੇਖੋ ਹਾਂ ਮੰਮੀ ਇੱਕ ਹੋਰ ਨਵੀਂ ਚੀਜ਼ ਚੱਕ ਲਿਆਏ ਇਹ ਕੀ ਹਰਮਨ ਪਹਿਲੇ
ਲੋ ਜੀ, ਇਹ ਸਾਰੇ ਦਿਨ ਦੇ ਥੱਕੇ ਹਾਰੇ ਹੋਏ, ਹੁਣ ਚੱਲ ਰਿਹਾ ਖਾਣਾ। ਥੱਕ ਤਾਂ ਗਏ ਹੋਗੇ ਬੇਟਾ ਵੈਸੇ ਅੱਜ, ਹੈ ਨਾ? ਕੀ ਖਾਂਦੇ ਹੋ? ਅੱਛਾ, ਚਲੋ ਠੀਕ ਆ। ਅਤੇ ਹੁਣ ਫਿਰ ਸਫਾਈਆਂ ਵਾਲਾ ਕੰਮ ਨਿਬੜ ਗਿਆ ਕਿ ਹਜੇ ਬਾਕੀ ਕੁਛ ਰਹਿੰਦਾ ਹੈ? ਅਜੇ ਕੀ ਰਹਿੰਦਾ? ਹਜੇ ਬਾਕੀ ਪਏ ਨੇ ਬਾਹਰ ਸ਼ਹਿਰ। ਕਹਿੰਦੇ ਹੈ ਹੀ ਨਹੀਂ ਕੱਪੜੇ, ਅਲਮਾਰੀ ਖਾਲੀ ਕਰੀ ਨਾ, ਅਲਮਾਰੀ 'ਚ ਦੁਬਾਰੇ ਪੂਰੇ ਨਹੀਂ ਆਏ ਕੱਪੜੇ ਤੇਰੇ, ਠੀਕ ਹੈ ਨਾ? ਹੈਂ, ਅਲਮਾਰੀ 'ਚ ਰੱਖਣ ਵਾਸਤੇ ਕੱਪੜੇ ਨਹੀਂ ਹੈਗੇ? ਕੀ ਛੋਟੇ ਛੋਟੇ? ਮਤਲਬ ਤੇਰੇ ਛੋਟੇ? ਤੂੰ ਬਚਪਨ ਇੱਥੇ ਗੁਜ਼ਾਰਿਆ? ਤੇਰੇ ਛੋਟੇ ਤੇਰੇ ਕੱਪੜੇ ਕਿੱਥੋਂ ਆ ਗਏ ਛੋਟੇ ਇੱਥੇ? ਬੜਾ ਤੂੰ 15 ਫੁੱਟ ਦੀ ਹੋ ਗਈ ਹੈ ਹੁਣ, ਓਡੀ ਦੀ ਓਡੀ ਦੇ ਗਈ ਆ ਤੂੰ। ਹਾਂ ਮੋਟੀ ਤਾਂ ਹੋ ਗਈ ਤੂੰ, ਇਹ ਤਾਂ ਹੈ। ਪਸੰਦ ਹੈ।